ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਸਵਾਗਤ ਕਰਦਾ ਤੁਹਾਡੇ ਸਾਰਿਆਂ ਦਾ ਮੇਰੇ ਅਫੀਸ਼ੀਅਲ YouTube ਚੈਨਲ ਦੀਪ ਜੋਬ ਪੋਰਟਲ ਤੇ ਤੇ ਪਿਆਰੇ ਦੋਸਤੋ ਬਹੁਤ ਵੱਡੀ ਖੁਸ਼ਖਬਰੀ ਤੁਹਾਡੇ ਸਾਰਿਆਂ ਦੇ ਸਾਹਮਣੇ ਹਾਜ਼ਰ ਆ ਜੀ ਜਿਹਦਾ ਤੁਸੀਂ ਸਾਰੇ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀਗੇ ਪੰਜਾਬ ਜੇਲ ਬਾਰਡਨ ਮੈਟਰਨ ਦਾ ਜਿਹੜਾ ਫਿਜ਼ੀਕਲ ਆ ਉਹਦੀ ਜਿਹੜੀ ਡੇਟ ਨੇ ਉਹ ਆ ਚੁੱਕੀ ਹੈ ਨੇ ਤੁਹਾਡੇ ਸਾਹਮਣੇ ਠੀਕ ਹੈ ਇਸ ਵੀਡੀਓ ਵਿੱਚ ਪ੍ਰੋਪਰ ਤੁਹਾਨੂੰ ਜਾਣਕਾਰੀ ਮਿਲੂਗੀ ਕਿ ਕਦੋਂ ਤੋਂ ਕਦੋਂ ਜਿਹੜਾ ਫਿਜ਼ੀਕਲ ਹੋਣਾ ਕਿੰਨੀ ਕੱਟਆਫ ਗਈ ਹੈ ਸੋ ਦੋਸਤੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਠੀਕ ਹੈ ਜੀ ਪੂਰਾ ਜਿਹੜਾ ਆਫੀਸ਼ੀਅਲ ਨੋਟੀਫਿਕੇਸ਼ਨ ਆ ਤੁਹਾਨੂੰ ਪੜ੍ਹ ਕੇ ਸੁਣਾਉਨੇ ਆ ਠੀਕ ਹੈ ਜੀ ਜੇਲ ਬਾਰਡਰ ਦੀ ਅਸਾਮੀ ਵਾਸਤੇ ਜਿਹੜੀ ਲਈ ਗਈ ਪ੍ਰੀਖਿਆ ਮਿਤੀ 27 28 29 ਅਗਸਤ ਦੇ ਵਿੱਚ ਭਾਗ ਲੈਣ ਵਾਲੇ ਸਮੂਹ ਉਮੀਦਵਾਰਾਂ ਦੇ ਮਾਰਕਸ ਨਾਰਮਲਾਈਜ਼ਡ ਮਾਰਕਸ ਮਿਤੀ 24 ਨੂੰ ਬੋਰਡ ਦੀ ਵੈਬਸਾਈਟ ਦੇ ਉੱਪਰਕਾਸ਼ਿਤ ਕਰ ਦਿੱਤੇ ਗਏ ਸਨ ਠੀਕ ਹੈ ਜੀ ਜਿਵੇਂ ਕਿ ਆਪਾਂ ਨੂੰ ਪਤਾ ਕਿ ਜਿਹੜੀ ਜਿਹੜੇ ਇਹਨਾਂ ਨੇ ਲਿਸਟ ਪਾਈ ਸੀ ਕਿ ਜਿਵੇਂ ਹਜ਼ਾਰ ਵਿੱਚੋਂ ਕਿੰਨੇ ਮਾਰਕਸ ਸੀਗੇ ਠੀਕ ਹੈ 120 ਵਿੱਚੋਂ ਕਿੰਨੇ ਮਾਰਕਸ ਸੀਗੇ ਉਹ ਜਿਹੜੀ ਲਿਸਟ ਪਾਈ ਗਈ ਸੀ ਉਹਦੇ ਵਿੱਚ ਆਫੀਸ਼ੀਅਲ ਜਿਹੜੀ ਕੱਟਆਫ ਨਾਰਮਲਾਈਜੇਸ਼ਨ ਕਰਕੇ ਪਾਈ ਗਈ ਸੀ ਠੀਕ ਹੈ ਅੱਗੇ ਪੜ੍ਹਦੇ ਹਾਂ ਲਿਖਤੀ ਪ੍ਰੀਖਿਆ ਵਿੱਚ 40% ਜਾਂ ਇਸ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਉਮੀਦਵਾਰਾਂ ਨੂੰ ਸਬੰਧਤ ਰਾਖਵੀ ਸਰੈਣੀ ਵਿੱਚ ਪ੍ਰਕਾਸ਼ਿਤ ਅਸਾਮੀਆਂ ਦੇ ਵਿਰੁੱਧ ਨਾਰਮਲਾਈਜ਼ਡ ਮਾਰਕਸ ਦੇ ਆਧਾਰ ਤੇ ਤਿਆਰ ਮੈਰਿਟ ਮੁਤਾਬਕ ਸਰੀਰਕ ਮਾਪ ਟੈਸਟ ਸਰੀਰਕ ਯੋਗਤਾ ਟੈਸਟ ਅਨੁਸਾਰ ਸੱਦਿਆ ਜਾਂਦਾ ਹੈ ਠੀਕ ਹੈ ਜੀ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਹ ਜਿਹੜਾ ਸਰੀਰਕ ਮਾਪ ਟੈਸਟ ਹੋਊਗਾ ਠੀਕ ਹੈ ਇਹ 9 ਅਕਤੂਬਰ 2021 ਤੋਂ 14 ਅਕਤੂਬਰ 2021 ਤੱਕ ਲਿਆ ਜਾਣਾ ਹੈ ਠੀਕ ਹੈ ਮਤਲਬ ਅੱਜ ਕਿੰਨੇ ਹੋ ਗਏ 4 ਤਰੀਕ ਤੁਹਾਡੇ ਕੋਲ ਖੁੱਲ 5 ਦਿਨ ਬਾਕੀ ਨੇ ਦੋਸਤੋ ਅੱਜ ਦਾ ਦਿਨ ਤੱਕ ਗਿਆ ਸਮਝੋ ਠੀਕ ਹੈ 5 ਦਿਨ ਤੁਹਾਡੇ ਕੋਲ ਬਾਕੀ ਨੇ ਇਸ ਕਰਕੇ ਆਪਣੇ ਤਿਆਰੀ ਵਿੱਚ ਜੁਟ ਜੋ ਠੀਕ ਹੈ ਹੁਣ ਤੁਹਾਨੂੰ ਦੱਸਦੇ ਨੇ ਇੰਪੋਰਟੈਂਟ ਜਿਹੜੀਆਂ ਗੱਲਾਂ ਨੇ ਠੀਕ ਹੈ ਇਹ ਬਹੁਤ ਜ਼ਰੂਰੀ ਗੱਲਾਂ ਨੇ ਜਿਹੜੇ ਜਿਹੜੇ ਕੈਂਡੀਡੇਟਸ ਸ਼ਾਰਟਲਿਸਟਡ ਨੇ ਉਹਨਾਂ ਨੇ ਆਪਣੇ ਨਾਲ ਆਪਣੀ ਪਾਸਪੋਰਟ ਸਾਈਜ਼ ਜਿਹੜੀਆਂ ਫੋਟੋਆਂ ਲੈ ਕੇ ਜਾਣੀਆਂ ਨੇ ਰੰਗਦਾਰ ਐਡਮਿਟ ਕਾਰਡ ਲੈ ਕੇ ਜਾਣਾ ਤੇ ਹਾਂ ਦੋਸਤੋ ਤੁਹਾਡਾ ਸਪੈਸ਼ਲ ਜਿਹੜਾ ਐਡਮਿਟ ਕਾਰਡ ਹੋ ਜਾਰੀ ਕੀਤਾ ਜਾਊਗਾ ਐਡਮਿਟ ਕਾਰਡ ਕਦੋਂ ਕਦੋਂ ਆਊਗਾ ਤੇ ਕਿੱਥੇ ਦਾ ਸੈਂਟਰ ਹੋਊਗਾ ਉਹ ਵੀ ਤੁਹਾਨੂੰ ਸਾਰਾ ਕੁਝ ਦੱਸਾਂਗੇ ਵੀਡੀਓ ਵਿੱਚ ਠੀਕ ਹੈ ਤੁਸੀਂ ਜਿਵੇਂ ਆਪਣਾ ਇੱਕ ਜਿਹੜਾ ਤੁਹਾਡਾ ਆਈਡੀ ਪ੍ਰੂਫ ਜਿਵੇਂ ਕਿ ਆਧਾਰ ਕਾਰਡ ਹੋ ਗਿਆ ਡਰਾਈਵਿੰਗ ਲਾਇਸੈਂਸ ਹੋ ਗਿਆ ਪਾਸਪੋਰਟ ਜਾਂ ਵੋਟਰ ਕਾਰਡ ਆਦਿ ਉਹ ਨਾਲ ਲੈ ਕੇ ਜਾਣਾ ਠੀਕ ਹੈ ਜੀ ਬਾਕੀ ਉਮੀਦਵਾਰਾਂ ਨੂੰ ਉਹਨਾਂ ਦੀ ਮੈਰਿਟ ਦੇ ਆਧਾਰ ਤੇ ਵੱਖ-ਵੱਖ ਮਿਤੀਆਂ ਨੂੰ 9 ਅਕਤੂਬਰ ਤੋਂ 14 ਅਕਤੂਬਰ ਤੱਕ ਟੈਸਟ ਲਈ ਸੱਦਿਆ ਜਾਵੇਗਾ। ਸੋ ਦੋਸਤੋ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈੱਬਸਾਈਟ ਨੂੰ ਲਗਾਤਾਰ ਚੈੱਕ ਕਰਦੇ ਰਹੋ। ਬਾਕੀ ਤੁਸੀਂ ਟੈਨਸ਼ਨ ਨਾ ਲਓ ਚੈੱਕ ਨਹੀਂ ਵੀ ਕਰ ਸਕਦੇ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਇਹ ਤੇ ਤੁਹਾਨੂੰ ਸਭ ਤੋਂ ਪਹਿਲਾਂ ਅਪਡੇਟ ਮਿਲੂਗਾ। ਠੀਕ ਹੈ ਜੀ। ਤੇ ਬਾਕੀ ਅ ਅੱਗੇ ਤੁਹਾਨੂੰ ਦੱਸਦੇ ਹਾਂ ਦੋਸਤੋ ਇਸ ਟੈਸਟ ਵਿੱਚ ਭਾਗ ਲੈਣ ਵਾਲੇ ਸਾਬਕਾ ਫੌਜੀ ਨੇ ਜਿਹੜੇ ਉਹ 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 ਆਪਣੀ ਕੈਟਾਗਰੀ ਨਾਲ ਸੰਬੰਧਿਤ ਸਮਰੱਥ ਅਥਾਰਟੀ ਵੱਲੋਂ ਜਾਰੀ ਕੀਤੇ ਗਏ ਦਸਤਾਵੇਜ਼ ਸਬੂਤ ਪੇਸ਼ ਕਰਨਗੇ ਇਸ ਟੈਸਟ ਵਿੱਚ ਵਰਤੋ ਵਿੱਚ ਆਉਣ ਵਾਲੇ ਹਾਈ ਟੈਕ ਇਲੈਕਟ੍ਰੋਨਿਕ ਸੈਂਸਰ ਡਿਵਾਈਸ ਅਤੇ ਅਦਰ ਨੈਸੈਸਰੀ ਇਲੈਕਟ੍ਰੋਨਿਕ ਇਕੁਪਮੈਂਟਸ ਦਾ ਪ੍ਰਬੰਧ ਪੰਜਾਬ ਰਾਜ ਤੋਂ ਬਾਹਰ ਸਥਾਪਿਤ ਸੰਸਥਾ ਵੱਲੋਂ ਕੀਤਾ ਜਾਣਾ ਹੈ ਇਸ ਲਈ ਇਹ ਟੈਸਟ ਦੁਬਾਰਾ ਕੰਡਕਟ ਨਹੀਂ ਕੀਤਾ ਜਾਵੇਗਾ ਠੀਕ ਹੈ ਜੀ ਜਿਵੇਂ ਪਹਿਲਾਂ ਸਬ ਇੰਸਪੈਕਟਰ ਦੀ ਪ੍ਰੀਖਿਆ ਕੈਨਸਲ ਹੋ ਗਈ ਇਹਦੇ ਵਿੱਚ ਵਧੀਆ ਢੰਗ ਨਾਲ ਜਿਹੜੇ ਨੇ ਉਪਰ ਵੱੰਦ ਹੋਊਗਾ ਠੀਕ ਹੈ ਤੇ ਅੱਗੇ ਪੜਦੇ ਆ ਦੋਸਤੋ ਉਮੀਦਵਾਰਾਂ ਦੀਆਂ ਸ਼੍ਰੇਣੀਆਂ ਸ਼੍ਰੇਣੀ ਵਾਰ ਕੱਟਆਫ ਜਿਹੜੀ ਉਹ ਤਿਆਰ ਕੀਤੀ ਗਈ ਹੈ ਜਿਹੜੀ ਇਸ ਪ੍ਰਕਾਰ ਆ ਤੁਹਾਨੂੰ ਦਿਖਾ ਦਿੰਨੇ ਆਪਾਂ ਦੋਸਤੋ ਦੇਖਿਆ ਜਾਵੇ ਜਿਹੜੀ ਜਰਨਲ ਸ਼੍ਰੇਣੀ ਦੀ ਕੱਟਆਫ ਪਹਿਲਾਂ ਮੁੰਡਿਆਂ ਦੀ ਆਪਾਂ ਗੱਲ ਕਰ ਲੈਨੇ ਠੀਕ ਹੈ ਥੋੜੀ ਸਕਰੀਨ ਵੱਡੀ ਕਰ ਦਿੰਨੇ ਆ 443.73 ਗਈ ਹੈ ਠੀਕ ਹੈ ਜੀ ਜਰਨਲ ਦੀ 1000 ਵਿੱਚੋਂ ਦੋਸਤੋ ਮਨ ਕੇ ਚੁੱਤ ਤੁਸੀਂ ਐ ਮੰਨ ਕੇ ਚੱਲੋ ਵੀ 1000 ਚੋਂ 443 ਮਤਲਬ ਕਿ 44% ਹੋ ਗਏ ਠੀਕ ਹੈ ਜੀ ای ਡਬਲ ਯੂ ਐਸ ਦੀ 492 ਗਈ ਹੈ ਜਿਆਦਾ ਗਈ ਹੈ ਜਰਨਲ ਤੋਂ ਐਸ ਸੀ ਐਮ ਮਾਜੀ ਵੀ ਐਂਡ ਬਾਲਮੀਕ ਦੀ 439 ਗਈ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਐਸ ਸੀ ਆਰਓ ਰਾਮਦਾਸੀ ਐਂਡ ਅਦਰ ਦੀ ਹਾਈਐਸਟ ਗਈ ਹੈ ਦੋਸਤੋ 541 ਠੀਕ ਹੈ ਜੀ 54% ਗਈ ਹੈ ਇਹਦੀ ਉਸ ਤੋਂ ਬਾਅਦ ਬੀ ਸੀ ਦਾ ਉਸ ਤੋਂ ਜ਼ਿਆਦਾ ਵੀ ਹਾਈਐਸਟ ਗਈ ਹੈ 592 ਯਾਨੀ ਕਿ 95% ਗਈ ਹੈ ਇਹਦੀ ਬਾਕੀ ESM ਜਰਨਲ ਵਾਲਿਆਂ ਦੀ 400 ESM ਜਰਨਲ ਡਿਪੈਂਡੈਂਟ ਦੀ 404 ESM SC ਮਜੀਵੀ ਐਂਡ ਬਾਲਮਿਕ ਦੀ 404 ESM SC 413 ESM SC 401 ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਜਿਹੜੀ ਇਹ ਕੱਟਆਫ ਗਿੜੀ ਜਿਹੜੀ ਹੈ ਗਈ ਹੈ ਠੀਕ ਹੈ ਜਿਹੜੀ ਇੱਕ ਸਭ ਤੋਂ ਘੱਟ ਹੈ ਹੋਇਆ ਜੀ ਇਹ 400 ESM BC ਦੀ ਸਲਫ ਦੀ ਤੇ ਨਾਲ ਹੀ ਦੋਸਤੋ ਤੁਸੀਂ ਫੀਮੇਲ ਕੈਂਡੀਡੇਟਸ ਦੀ ਵੀ ਦੇਖ ਸਕਦੇ ਹੋ ਇਹਨਾਂ ਦੀ ਤਕਰੀਬਨ ਜਰਨਲ ایਡਬਲਯੂਐਸਐਸਸੀ ਤੇ ਇਹਨਾਂ ਦੀ ਤਕਰੀਬਨ ਸੇਮ ਹੀ ਗਈ ਹੈ 401 401 ਠੀਕ ਹੈ ਐਸਐਮ ਜਰਨਲ ਸੈਲਫ ਦੀ 543 ਹਾਈएस्ट ਗਈ ਹੈ ਠੀਕ ਹੈ ਬਾਕੀ ਤਕਰੀਬਨ ਸੇਮ ਹੀ ਆ ਸਾਰਿਆਂ ਦੀ ਠੀਕ ਹੈ ਜੀ ਤੇ ਦੋਸਤੋ ਇਹ ਜਿਹੜਾ ਟੈਸਟ ਹੋਣਾ ਚੰਡੀਗੜ੍ਹ ਵਿਖੇ ਤੁਹਾਡਾ ਫਿਜ਼ੀਕਲ ਆ ਜਾਊਗਾ ਆਪਾਂ ਤੁਹਾਨੂੰ ਦਿਖਾ ਦਿੰਨੇ ਹਾਂ ਇਹਨਾਂ ਨੇ ਦੱਸਿਆ ਹੋਇਆ ਹੈ ਆ ਦੇਖੋ ਠੀਕ ਹੈ 9 ਅਕਤੂਬਰ ਤੋਂ 14 ਅਕਤੂਬਰ ਤੱਕ ਸਪੋਰਟਸ ਕੰਪਲੈਕਸ ਸੈਕਟਰ 7 ਚੰਡੀਗੜ੍ਹ ਠੀਕ ਹੈ ਉਰੇ ਜਿਹੜਾ ਤੁਹਾਡਾ ਫਿਜ਼ੀਕਲ ਟੈਸਟ ਆ ਉਹ ਲਿਆ ਜਾਊਗਾ ਸੋ ਦੋਸਤੋ ਦਿਨ ਬਹੁਤ ਘੱਟ ਰਹਿ ਗਏ ਨੇ ਫਿਜ਼ੀਕਲ ਦੀ ਤਿਆਰੀ ਵਿੱਚ ਦਿਨ ਰਾਤ ਇੱਕ ਕਰ ਦੋ ਠੀਕ ਹੈ ਜੀ ਬਾਕੀ ਕਦੋਂ ਐਡਮਿਟ ਕਾਰਡ ਆਉਣੇ ਨੇ ਸਾਡੇ ਚੈਨਲ ਤੇ ਅਪਡੇਟ ਰਹੋ ਤੁਹਾਨੂੰ ਸਾਰੀ ਜਾਣਕਾਰੀ ਮੈਂ ਇਸ ਆਪਣਾ ਚੈਨਲ ਦੇ ਉੱਪਰ ਦਊਗਾ ਠੀਕ ਹੈ ਜੀ ਬਾਕੀ ਜਿਹੜੇ ਜਿਹੜੇ ਕੈਂਡੀਡੇਟ ਸ਼ਾਰਟਲਿਸਟ ਹੋਏ ਨੇ ਜਿਨ੍ਹਾਂ ਦੀਆਂ ਨੇ ਨੇ ਮਾਰਕਸ ਬਣਦੇ ਬਣਦੇ ਸੀਗੇ ਉਹਨਾਂ ਨੂੰ ਮੇਰੇ ਵੱਲੋਂ ਬੈਸਟ ਆਫ ਲੱਕ ਹੈ ਬਾਕੀ ਤੁਸੀਂ ਆਪਣੇ ਆਪਣੇ ਮਾਰਕਸ ਮੈਨੂੰ ਨੀਚੇ ਕਮੈਂਟ ਕਰੋ ਆਪਾਂ ਤੁਹਾਨੂੰ ਦੱਸਾਂਗੇ ਤੁਸੀਂ ਐਲੀਜੀਬਲ ਹੈਗੇ ਹੋ ਜਾਂ ਨਹੀਂ ਹੈਗੇ ਹੋ ਬਾਕੀ ਜੇ ਕਿਸੇ ਹੋਰ ਵੀ ਗੱਲ ਮੈਨੂੰ ਪੁੱਛਣੀ ਹੋਵੇ ਤਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ ਉੱਥੇ ਤੁਹਾਡੀ ਤੁਹਾਡੀ ਹਰ ਇੱਕ ਮਤਲਬ ਸਮੱਸਿਆ ਦਾ ਮੈਂ ਹੱਲ ਕਰੂੰਗਾ ਹਰ ਇੱਕ ਦਾ ਮੈਸੇਜ ਰਿਪਲਾਈ ਕਰਦਾ ਹੁੰਦਾ ਹਾਂ ਮੈਂ ਠੀਕ ਹੈ ਜੀ ਸੋ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ ਅਪਡੇਟ ਸੀਗਾ ਮਿਲਾਂਗੇ ਕੱਲ ਨੂੰ ਇੱਕ ਨਵੇਂ ਅਪਡੇਟ ਨਾਲ ਤਤਕਲੀਦ ਰਹੋ ਅਪਡੇਟ ਧੰਨਵਾਦ ਜੀ